ਸਤਿ ਸ਼੍ਰੀ ਅਕਾਲ। ਅੱਜ ਗੱਲ ਕਰਾਂਗੇ ਬਾਲਾਂ ਦੀ, ਬਾਲਾਂ ਦਾ ਡਿੱਗਣ ਦਾ, ਜਿਹੜਾ ਸਾਡੀ ਇੱਕ ਉਮਰ ਦੇ ਨਾਲ ਬਾਲ ਡਿੱਗਦੇ ਨੇ, ਜਿਹਦੇ ਨਾਲ ਸਾਡੇ ਬਾਲ ਢਿੱਡ ਖਰਾਬ ਹੁੰਦਾ ਹੈ ਜਾਂ ਕੋਲੈਸਟਰੋਲ ਵਗੈਰਾ ਵਧਣ ਟਾਈਮ ਜਿਹੜਾ ਪ੍ਰੋਬਲਮ ਆਉਂਦੀ ਹੈ ਸਾਨੂੰ ਬਾਲ ਡਿੱਗਣ ਦੀ ਜਾਂ 30 ਤੋਂ ਬਾਅਦ ਜਿਹੜੀ ਆਉਂਦੀ ਹੈ, ਉਹਦੇ 'ਚ ਕੀ ਕਰਾਂਗੇ ਅਸੀਂ, ਇਕੁਅਲ ਕੁਆਂਟਿਟੀ ਦੇ ਵਿੱਚ ਤਿੰਨ ਚੀਜ਼ਾਂ ਲਵਾਂਗੇ, ਬ੍ਰਿੰਗਰਾਜ, ਆਂਵਲਾ ਪਾਊਡਰ ਅਤੇ ਤਿਲ। ਚਿੱਟੇ ਤਿਲ ਲੈ ਲਓ ਜਾਂ ਕਾਲੇ ਤਿਲ ਲੈ ਲਓ, ਦੋਨੋਂ ਇੱਕ ਬਰਾਬਰ ਨੇ। ਇਹਨਾਂ ਤਿੰਨਾਂ ਨੂੰ ਇਕੁਅਲ ਕੁਆਂਟਿਟੀ 'ਚ ਲੈ ਕੇ, ਸਮ ਅਮਾਊਂਟ ਦੇ ਵਿੱਚ ਲੈ ਕੇ, ਇਹਨਾਂ ਨੂੰ ਮਿਕਸ ਕਰਕੇ ਤੁਸੀਂ ਰਾਤ ਨੂੰ ਸੌਣ ਟਾਈਮ ਥੋੜ੍ਹੇ ਜਿਹੇ ਵਾਰਮ ਦੁੱਧ ਦੇ ਨਾਲ ਜਾਂ ਤਾਂ ਵਾਰਮ ਪਾਣੀ ਦੇ ਨਾਲ ਲੈਣਾ ਹੈ। ਤੁਸੀਂ ਇਹ ਲੈਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਤੇਰੇ ਬਾਲ ਜਿਹੜੇ ਨੇ ਡਿੱਗਣੇ ਬਹੁਤ ਸੋਹਣੇ ਤਰੀਕੇ ਨਾਲ ਕੰਟਰੋਲ 'ਚ ਆ ਚੁੱਕੇ ਨੇ। ਇਹ ਸਾਰੀ ਜਿਹੜੀ ਸਾਡੀ ਅੰਦਰ ਦੀ ਬਾਲਾਂ ਦੀ ਨਰਚਰਿੰਗ ਕਰਨ ਨੂੰ ਜਿਹੜੇ ਤੱਤ ਚਾਹੀਦੇ ਹੁੰਦੇ ਨੇ ਉਹ ਮਿਲਦੇ ਨੇ, ਪਲੱਸ ਜਿਹੜਾ ਥੋੜ੍ਹਾ ਕੋਲੈਸਟਰੋਲ ਦੀ ਪ੍ਰੋਬਲਮ ਕਰਕੇ ਜਾਂ ਜਿਹਨੂੰ ਅੰਦਰੋਂ ਸਰੀਰ 'ਚ ਜਿਹੜੀ ਹੱਡੀਆਂ ਦੀ ਕਮੀ ਕਰਕੇ ਜਿਹਨਾਂ ਕਰਕੇ ਬਾਲ ਡਿੱਗ ਰਹੇ ਹੁੰਦੇ ਨੇ, ਉਹਨਾਂ ਉਹ ਇਹਨਾਂ ਨਾਲ ਬਹੁਤ ਸਹੀ ਤਰੀਕੇ ਨਾਲ ਸਹੀ ਹੋ ਜਾਂਦੇ ਨੇ ਐਂਡ ਤੁਸੀਂ ਦੁਬਾਰਾ ਤੋਂ ਆਪਣੀਆਂ ਜ਼ੁਲਫਾਂ ਲਹਿਰਾ ਸਕੋਗੇ। ਯੈ ਦੈਟਸ ਫੋਰ ਹੇਅਰ।